de pipi. Ibala, eu sou da cacete do quê? Da frente da chuca, eu sou peixe da chuca. O que nem vale que a minha linha de dia não até não lá, eu quero entrar outra não lá, quer dizer, ਇਥੇ ਲੱਭਦਾ ਕੀ ਆ ਇਥੇ ਤਾਂ ਪਤਾ ਕਿਵਾ ਜੇ ਉਹ ਨਾ ਲੱਭੇ ਹੈ ਉਹ ਮੇਰੀ ਲਾਸਟ ਇੱਕ ਵਾਰੀ ਪੈਨਸਲ ਕਿੱਥੇ ਆ ਭੋਲਾ ਕਿਧਰੇ ਰੱਖ ਗਿਆ ਹੁਣ ਐ ਤੂੰ ਤਾਂ ਬੜਾ ਭੋਲਾ ਜਿਹਾ ਮੂੰਹ ਬਣਾ ਕੇ ਕਹਿਤਾ ਕਿ ਭੋਲਾ ਕਿਧਰੇ ਰੱਖ ਗਿਆ ਹੁਣ ਉਹ ਮੇਰਾ ਤਾਂ ਪੱਠਾ ਬੈਠੀ ਜਾਂਦਾ ਪਰ ਪਤਾ ਤਾਂ ਲੱਗੇ ਲਾਸਟ ਇੱਕ ਵਾਰੀ ਪੈਨਸਲ ਆ ਜਿਹੜਾ ਨਵਾਂ ਤੀਰ ਮਾਰਨ ਲੱਗਿਆ ਉਹ ਤੀਰ ਹੀ ਮਾਰਨ ਲੱਗਾ ਲਾਲ ਸਿੱਕੇ ਵਾਲੀ ਪੈਨਸਲ ਨਾਲ ਮਾਇਆ ਕਰਨ ਲੱਗਿਆ ਇੱਕ ਬਹੁਤ ਵੱਡੀ ਪਲੈਨਿੰਗ ਪਲੈਨਿੰਗ ਹਾਂ ਪਰ ਤੈਨੂੰ ਕੀ ਸਮਝ ਆਉਣੀ ਉਹ ਤੇਰੇ ਕਿਤੇ ਪਿਓ ਦਾਦਾ ਨੇ ਕੀਤੀ ਹੋਵੇ ਤਾਂ ਤੈਨੂੰ ਪਤਾ ਲੱਗੇ ਨਾ ਮੇਰੇ ਪਿਓ ਦਾ ਤੈਨੂੰ ਕੀ ਲੋੜ ਸੀ ਆਹ ਦੇ ਕੋੜੇ ਕੰਮ ਕਰੇ ਕੋੜੇ ਕੰਮ ਉਹ ਪਲੈਨਿੰਗ ਨੂੰ ਤੂੰ ਕੋੜੇ ਕੰਮ ਦੱਸਦੀ ਐ ਓਏ ਸਾਰੀ ਦੁਨੀਆ ਨਾ ਪਲੈਨਿੰਗ ਦੇ ਸਿਰ ਤੇ ਹੀ ਚੱਲਦੀ ਐ ਮੈਂ ਇਸ ਲਾਲ ਸਿੱਕੇ ਵਾਲੀ ਪੈਨਸਲ ਨਾਲ ਖੋਲੂੰਗਾ ਬਹੁਤ ਵੱਡਾ ਮੁਰਗੀ ਖਾਨਾ ਅੱਛਾ ਤਾਂ ਲਾਲ ਸਿੱਕੇ ਵਾਲੀ ਪੈਨਸਲ ਨਾਲ ਖੁੱਲੇਗਾ ਮੁਰਗੀ ਖਾਨਾ ਨਹੀਂ ਯਤੀਮ ਖਾਨਾ ਖੁੱਲੂਗਾ ਹਾਏ ਕੈਸੀ ਟੀਵੀ ਨਾਲ ਵਾਹ ਪਿਆ ਮੇਰਾ ਉਹ ਦੇਖ ਭਾਗਵਾਨੇ ਅੱਜ ਕੱਲ ਜਿਹੜੀ ਸਾਰੀ ਦੁਨੀਆ ਹੈ ਨਾ ਵੱਡੀਆਂ ਵੱਡੀਆਂ ਸਰਕਾਰਾਂ ਵੱਡੀਆਂ ਵੱਡੀਆਂ ਕੰਪਨੀਆਂ ਉਹ ਸਭ ਪਲੈਨਿੰਗ ਦੇ ਸਿਰ ਤੇ ਚੱਲਦੀਆਂ ਅੱਜ ਕੱਲ ਹਰ ਕੰਮ ਪਲੈਨਿੰਗ ਦਾ ਹੁੰਦਾ ਜੇ ਤੁਰੋ ਤਾਂ ਪਲੈਨਿੰਗ ਦੇ ਨਾਲ ਤੇ ਜੇ ਬੈਠੋ ਤਾਂ ਪਲੈਨਿੰਗ ਦੇ ਨਾਲ ਤੇ ਜੇ ਉੱਠੋ ਤਾਂ ਪਲੈਨਿੰਗ ਦੇ ਨਾਲ ਇਥੋਂ ਤੱਕ ਕਿ ਨਿਆਣੇ ਵੀ ਜੰਮੋ ਤਾਂ ਪਲੈਨਿੰਗ ਦੇ ਨਾਲ ਭਾਇਆ ਪੁਰਾਣੇ ਜਮਾਨੇ ਵਰਗੂ ਨਹੀਂ ਭਾਈ ਦਰਜਣਾ ਦਾ ਦਰਜਣਾ ਜੰਮ ਤਾਂ ਨਹੀਂ ਹੈ ਤਾਂ ਵੜ ਕੇ ਸਾਰੀ ਉਮਰ ਉਹਨਾਂ ਦੀਆਂ ਲੜੀਆਂ ਪੂਜੇ ਬੰਦੂ ਆਹੋ ਮੁਲਕ ਭਾਵੇਂ ਕਾਇਮ ਹੋਵੇ ਪਰ ਘਰ ਤਾਂ ਭਾਂਗੀ ਪੁੱਜਦੀ ਹੈ ਉਹ ਕੇਸੀ ਦੀ ਕਮੀ ਹੈ ਉਹ ਕੀ ਨਹੀਂ ਲੈ ਕੇ ਦਿੱਤਾ ਤੈਨੂੰ ਮੈਂ ਖਾ ਕੇ ਲੈ ਕੇ ਦਿੱਤਾ ਇਹ ਇੱਕੋ ਹੀ ਸੂਟ ਹੈ ਚੱਜ ਦਾ ਜੇ ਕਿਸੇ ਦੇ ਵਧਾਈ ਦੇਣ ਜਾਓ ਤਾਂ ਇਹੋ ਪਾ ਕੇ ਜਾਓ ਜੇ ਕਿਸੇ ਦੇ ਸਿਰ ਤੇ ਜਾਣਾ ਹੋਵੇ ਤਾਂ ਵੀ ਇਹੋ ਹੀ ਪਾ ਕੇ ਜਾਓ ਇਹ ਵੀ ਜੁੰਦਾ ਰਵੇ ਮੇਰਾ ਵੀਰ ਜਿਹੜਾ ਲੱਕੜੀ ਨੂੰ ਲੈ ਕੇ ਦੇ ਗਿਆ ਸੀ ਨਾ ਤੇਰਾ ਵੀਰ ਕੋਈ ਵੱਖਰਾ ਆ ਨਾ ਮੇਰਾ ਸੌਣਾ ਨਹੀਂ ਲੱਗਦਾ ਹੈ ਉਹ ਤੇਰੇ ਚੁੱਲ੍ਹੇ ਚੱਕੇ ਵਾਂਗੂ ਨਹੀਂ ਹੈ ਕਿ ਬਸ ਆਟਾ ਗੁੰਨਿਆ ਤੇ ਰੋਟੀਆਂ ਧਰ ਗਿਆ ਆਹੋ ਜੇ ਮੇਰਾ ਚੁੱਲ੍ਹਾ ਚੌਕਾ ਵੀ ਤੁਹਾਡੀ ਪਲੈਨਿੰਗ ਦੇ ਸਿਰ ਤੇ ਖੜਾ ਹੁੰਦਾ ਨਾ ਤਾਂ ਕਦੋਂ ਦਾ ਹੀ ਠੱਪ ਹੋ ਗਿਆ ਹੁੰਦਾ ਵੇ ਠੱਪ ਹੋ ਗਿਆ ਹੁੰਦਾ ਕੋਈ ਮਖੌਲ ਹੈ ਕੋਈ ਮੈਂ ਤਾਂ ਸਭ ਗਰੀ ਹਾਂ ਲੋ ਆ ਗਏ ਨੇ ਤੁਹਾਡੇ ਯਾਰ ਯਾਰ ਮੇਰਾ ਹੀ ਆਇਆ ਤੇਰਾ ਨਹੀਂ ਆਇਆ ਹੈ ਮੇਰਾ ਇੱਕ ਯਾਰ ਆ ਜੇ ਕਿੰਨੀ ਤਕਲੀਫ ਹੁੰਦੀ ਆ ਇਹ ਜੀ ਇੱਕ ਵੀ ਸਹੇਲੀ ਆ ਜੇ ਮੈਂ ਕਦੇ ਰੌਲਾ ਪਾਇਆ ਫਗੋ ਦੇ ਨਾਲ ਬਹਿ ਕੇ ਚਾਹ ਪੀਣਾ ਮੈਂ ਯਾਰ ਜੀ ਪਾਟੀਆ ਦਾ ਮੈਂ ਸੋਚਿਆ ਦੂਜੇ ਵਾਲਾ ਮਹਿਤਾ ਆ ਗਿਆ ਆਹੋ ਬੈਠੋ ਜੀ ਹੋ ਸੁਣਾ ਕੀ ਗੱਲ ਅੱਜ ਫਰਜਾਈ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਚੱਲ ਰਹੀਆਂ ਸੀ ਕਮਾਲ ਆ ਪਾਟੀਆ ਸਾਹਿਬ ਉਹ ਮੇਰੇ ਸਿਰ ਦੇ ਵਾਲਾਂ ਨੂੰ ਪੈਣ ਨਹੀਂ ਸੀ ਤੁਸੀਂ ਉਹਨੂੰ ਮਿੱਠੀਆਂ ਗੱਲਾਂ ਦੱਸੋ ਓਹੋ ਦੱਸੋ ਤਾਂ ਸਹੀ ਗੱਲ ਕੀ ਹੋ ਰਹੀ ਸੀ ਉਹ ਗੱਲ ਕੀ ਹੋਣੀ ਆ ਪਾਟੀਆ ਸਾਹਿਬ ਉਹ ਮੈਂ ਨਾ ਤੇਰੀ ਭਰਜਾਈ ਨੂੰ ਇਹ ਪਲੈਨਿੰਗ ਦੇ ਫਾਇਦੇ ਸਮਝਾ ਰਿਹਾ ਸੀ ਪਰ ਤੂੰ ਹੀ ਦੱਸ ਭਾਈ ਪਲੈਨਿੰਗ ਦੇ ਬਗੈਰ ਕੋਈ ਕੰਮ ਸਿਰੇ ਚੜ ਸਕਦਾ ਲੈ ਮੈਂ ਤਾਂ ਸਾਹਿਬ ਇੱਥੇ ਪਲੈਨਿੰਗ ਦੇ ਨਾਲ ਨਹੀਂ ਕੰਮ ਸਿਰੇ ਚੜਦਾ ਪਲੈਨਿੰਗ ਤੋਂ ਬਿਨਾਂ ਕਿੱਥੇ ਚੜੇਗਾ ਓਏ ਆਹੀ ਤਾਂ ਗੱਲ ਮੈਂ ਤੇਰੀ ਭਰਜਾਈ ਨੂੰ ਸਮਝਾ ਰਿਹਾ ਸੀ ਉਹ ਸਮਝਦੀ ਨਹੀਂ ਲੈ ਤੁਸੀਂ ਸਮਝਾਓਗੇ ਮੈਂ ਹੈ ਨਾ ਤਾਂ ਮੈਂ ਸਮਝਾਉਣਾ ਆ ਬਾਜਿਆ ਬ੍ਰੇਕ ਬ੍ਰੇਕ ਲਾ ਲਾ ਰੇ ਵਾ ਸਮਾ ਵਾਪਸ ਆ ਉਹ ਮੈਂ ਬਾਤ ਨਹੀਂ ਗਿਆ ਮੈਂ ਸਮਝਾ ਲੂਗਾ ਉਹਨੂੰ ਜੇ ਸਮਝਾਉਣਾ ਹੀ ਆ ਨਾ ਤੇ ਜਾ ਕੇ ਆਪਣੇ ਵਾਲੀ ਨੂੰ ਸਮਝਾ ਰੋਜ਼ ਛੇਤਰ ਪਤਾਨ ਕਰਦੀ ਆਵਾਜ਼ਾਂ ਇੱਥੋਂ ਤੱਕ ਆਉਂਦੀਆਂ ਉਹ ਤੁਸੀਂ ਤਾਂ ਗੁੱਸੇ ਹੋ ਗਏ ਬਰਾ ਜੀ ਤੁਸੀਂ ਦੱਸੋ ਤਾਂ ਸਹੀ ਪਲੈਨਿੰਗ ਹੋ ਕਾ ਨਹੀਂ ਰਹੀ ਸੀ ਉਹ ਤੈਨੂੰ ਯਾਦ ਪਿਛਲੇ ਸਾਲ ਬਲੌਕ ਜੋ ਤੂੰ ਮੈਨੂੰ ਚੂਜੇ ਲਿਆ ਕੇ ਦਿੱਤੇ ਸੀ ਉਹ ਸੁੱਖ ਨਾਲ ਬਣ ਗਈਆਂ ਮੁਰਗੀਆਂ ਮੁਰਗੀਆਂ ਫੇਰ ਦੇਣਗੇ ਆਂਡੇ ਆਂਡਿਆਂ ਚੋਂ ਫੇਰ ਨਿਕਲਣਗੇ ਚੂਚੇ 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 ਬਣਨਗੀਆਂ ਮੁਰਗੀਆਂ ਮੁਰਗੀਆਂ ਫੇਰ ਆਂਡੇ ਦੇਣਗੀਆਂ ਫੇਰ ਚੂਚੇ ਫੇਰ ਮੁਰਗੀਆਂ ਫੇਰ ਆਂਡੇ ਫੇਰ ਚੂਚੇ ਫੇਰ ਮੁਰਗੀਆਂ ਇਤਨਾ ਖੁੱਲੂਗਾ ਬਹੁਤ ਵੱਡਾ ਮੈਂ ਤਾਂ ਪੋਲਟਰੀ ਅੱਛਾ 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 ਇਹ ਤਾਂ ਬਣੇਗਾ ਮੈਂ ਤਾਂ ਪੋਲਟਰੀ ਫਾਰਮ ਵੈਸੇ ਤੁਹਾਡੀ ਇਹ ਜਿਹੜੀ ਪਲੈਨਿੰਗ ਨਾ ਸਰਕਾਰ ਦੀ ਪਲੈਨਿੰਗ ਨਾਲ ਮਿਲਦੀ ਹੈ ਮੈਂ ਤੁਹਾਨੂੰ ਸਮਝਾਉਂਦਾ ਕਿਵੇਂ ਹਾਂ ਦੱਸੋ ਦੇਖੋ ਕਿ ਸਰਕਾਰ ਵੱਡੇ ਵੱਡੇ ਡੈਮਾਂ ਤੇ ਲਗਾਉਂਦੀ ਹੈ ਬੰਨ ਹਾਂ ਬਿਲਕੁਲ ਉੱਥੇ ਇਕੱਠਾ ਕਰਦੀ ਹੈ ਪਾਣੀ ਹਾਂ ਉਹ ਪਾਣੀ ਸੁੱਟਦੀ ਹੈ ਥੱਲੇ ਬਿਲਕੁਲ ਉੱਥੇ ਚੱਲਦੀਆਂ ਨੇ ਚੱਕੀਆਂ ਚੱਕੀਆਂ ਤੋਂ ਪੈਦਾ ਹੁੰਦੀ ਹੈ ਬਿਜਲੀ ਬਿਜਲੀ ਆਉਂਦੀ ਹੈ ਸਿੱਧੀ ਸਾਡੇ ਖਾਦ ਦੇ ਕਾਰਖਾਨੇ ਚ ਬਿਲਕੁਲ ਉੱਥੇ ਬਣਦੀ ਹੈ ਖਾਦ ਉਹ ਸਿੱਧੀ ਜਾਂਦੀ ਸਾਡੇ ਖੇਤਾਂ ਚ ਉੱਥੇ ਉੱਗਦਾ ਅਨਾਜ ਅਨਾਜ ਸਿੱਧਾ ਜਾਂਦਾ ਸਾਡੇ ਪੇਟ ਚ ਤੇ ਪੇਟ ਤੋਂ ਸਿੱਧਾ ਖੇਤ ਚ ਨਹੀਂ ਪੇਟੋ ਖੇਤ ਖੇਤ ਜਿਹੜੇ ਆਂਡੇ ਚ ਮੁਰਗੀਆਂ ਮੁਰਗੀਆਂ ਚ ਆਂਡੇ ਆਂਡੇ ਚ ਮੁਰਗੀਆਂ ਮੁਰਗੀਆਂ ਚ ਆਂਡੇ ਹਾਂਜੀ ਹਾਂ ਮੰਨ ਗਿਆ ਭਾਟੀਆ ਤੈਨੂੰ
ਮੰਨ ਗਈ ਤੇਰੀ ਸਕੀਮ ਨੂੰ। ਵੈਸੇ ਕੁੱਤੇ ਨਹੀਂ ਖਾਂਦੇ ਪੀ। ਵੈਸੇ ਇੱਕ ਗੱਲ ਹੋਰ ਦੱਸੋ ਤੁਹਾਨੂੰ, ਇਹ ਜਿਹੜੀ ਤੁਹਾਡੀ ਪਲੈਨਿੰਗ ਹੈ ਨਾ, ਇਹ ਕੋਈ ਖਾਸ ਨਹੀਂ ਸੀ ਭਾਈ, ਬ੍ਰਾਂਡਿੰਗ ਦਾ ਕੀਤੀ ਸੀ ਸਾਡੇ ਦਾਦਾ ਜੀ ਨੇ। ਕਿਆ ਮੁਰਗੀਆਂ ਸੀ, ਉਹਨਾਂ ਨੇ ਵੀ ਮੁਰਗੀਆਂ ਰੱਖੀਆਂ ਸੀ। ਹਾਂ ਕਿਆ ਮੁਰਗੀਆਂ ਸਨ, ਚਿੱਟੀਆਂ ਚਿੱਟੀਆਂ, ਤਿੱਕਰੀਆਂ ਮੁੱਤਰੀਆਂ, ਗੋਲ ਮਟੋਲ ਆਏ ਹਾਏ ਹਾਏ ਹਾਏ, ਤੇ ਆਂਡਾ ਦਿੰਦੇ ਸੀ ਪੂਰੇ ਪਾ ਪਾ ਪੱਕੇ ਦਾ। ਕੋਈ ਜਵਾਬ ਨਹੀਂ ਹੈ, ਵੇਖ ਕੇ ਬਹਿ ਗਿਆ ਨਾ। ਭਾਈ ਸਾਹਿਬ ਤੁਸੀਂ ਮੈਨੂੰ ਇਹ ਤਾਂ ਦੱਸੋ ਭਾਈ ਤੁਸੀਂ ਹੋ ਕੌਣ? ਭਾਈ ਸਾਹਿਬ ਮੈਂ ਇੱਕ ਹਾਈ ਫਾਈ ਕੰਪਨੀ ਦਾ ਬੀਮਾ ਏਜੰਟ ਹਾਂ। ਉਹ ਤਾਂ ਤੇਰੀ ਸ਼ਕਲ ਵੀ ਦੱਸਦੀ ਹੈ ਤੇ ਤੇਰੀਆਂ ਹਰਕਤਾਂ ਵੀ। ਨਾ ਇੱਥੇ ਕਿਉਂ ਆਇਓ ਭਾਈ ਸਾਹਿਬ? ਮੈਨੂੰ ਪਤਾ ਲੱਗਾ ਤੁਸੀਂ ਕੋਈ ਮੁਰਗੀ ਖਾਂਡਾ ਖੋਲਣ ਲੱਗੇ ਹੋ। ਭਾਟੀਆ ਉਹ ਮੈਂ ਤਾਂ ਅਜੇ ਗੱਲ ਵੀ ਨਹੀਂ ਕੀਤੀ, ਅਖਬਾਰਾਂ 'ਚ ਖਬਰਾਂ ਵੀ ਛਪ ਗਈਆਂ। ਹਾਂ ਹਾਂ ਖੋਲਦਾ ਪਿਆ, ਤਾਂ ਤੁਹਾਨੂੰ ਕੋਈ ਇਤਰਾਜ਼ ਹੈ? ਨਹੀਂ 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 ਭਾਈ ਸਾਹਿਬ ਮੈਨੂੰ ਕੋਈ ਇਤਰਾਜ਼ ਨਹੀਂ, ਮੇਰਾ ਮਤਲਬ ਮੁਰਗੀ ਖਾਂਡਾ ਖੋਲੋਗੇ ਤਾਂ ਉਹਦੇ ਵਿੱਚ ਮੁਰਗੀਆਂ ਰੱਖੋਗੇ। ਨਾ 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 ਮੈਂ ਕੋਈ ਬੇਵਕੂਫ ਹੈ ਜਿਹੜਾ ਮੁਰਗੀ ਖਾਣੇ 'ਚ ਮੁਰਗੀਆਂ ਰੱਖੂਗਾ? ਮੈਂ ਤਾਂ ਉੱਥੇ ਰੱਖੂਗਾ ਗਾਵਾਂ, ਮੱਝਾਂ, ਊਠ, ਸੂਰ, ਤੋਤੇ, ਗਧੇ। ਉਹ ਭਾਈ ਸਾਹਿਬ ਤੁਸੀਂ ਤਾਂ ਐਵੇਂ ਮਜ਼ਾਕ 'ਚ ਗੱਲ ਲੈ ਗਏ। ਦੇਖੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਮੁਰਗੀ ਖਾਣਾ ਖੋਲੋਗੇ। ਮੁਰਗੀ ਇੱਕ ਅਜਿਹਾ ਜਾਨਵਰ ਹੈ ਜਿਹੜਾ ਕਦੇ ਵੀ ਬਿਮਾਰ ਹੋ ਸਕਦਾ ਤੇ ਬਿਮਾਰ ਹੋ ਕੇ ਉਹ ਆ ਵੀ ਸਕਦਾ। ਹਾਂਜੀ ਆ ਦੇਖ ਲਾ ਸਾਡੇ ਖੈਰ ਤੋਂ ਅੱਗੇ ਪਿੰਡ ਜੇ ਵਸਿਆ ਨੀ, ਉਹ ਚੱਕਿਆਂ ਦੇ ਡਰ ਪਹਿਲੇ ਹੀ ਆ ਗਿਆ। ਕਮਾਲ ਭਾਈ ਸਾਹਿਬ ਦੇਖੋ ਐਵੇਂ ਤੁਸੀਂ ਨਾ ਘਬਰਾਓ ਨਾ। ਦੇਖੋ ਮੁਰਗੀ ਇੱਕ ਅਜਿਹਾ ਜਾਨਵਰ ਹੈ ਜਿਹੜਾ ਕਦੇ ਵੀ ਬਿਮਾਰ ਹੋ ਸਕਦਾ, ਬਿਮਾਰ ਹੋ ਕੇ ਮਰ ਸਕਦਾ, ਉਹ ਬਿਮਾਰੀ ਗੁਆਂਢੀਆਂ ਨੂੰ ਵੀ ਚਮਕਦਾ। ਨਹੀਂ ਇਸ ਤੋਂ ਪਹਿਲਾਂ ਤੁਸੀਂ ਮੁਰਗੀਆਂ ਦਾ ਬੀਮਾ ਕਰਾ ਲਓ। ਹਾਂਜੀ ਤਾਂ ਭਾਈ ਸਾਹਿਬ ਤੁਹਾਡੇ ਤੋਂ ਇੱਕ ਸਵਾਲ ਪੁੱਛ ਸਕਦਾ? ਮੈਂ ਕਿਹਾ ਜੀ ਪੁੱਛੋ, ਅਸੀਂ ਤਾਂ ਆਏ ਸਵਾਲ ਦੱਸਣਾ, ਤੁਸੀਂ ਇਹ ਪੁੱਛੋਗੇ ਅਸੀਂ ਦੱਸ ਦੱਸਗੇ। ਅਸੀਂ ਦੱਸਦੇ ਰਹਾਂਗੇ, ਤੁਸੀਂ ਪੁੱਛੋ ਤਾਂ ਸਹੀ। ਆਪਣਾ ਸਵਾਲ ਕਰੋ, ਕੀ ਸਵਾਲ ਹੈ? ਅਸੀਂ ਬਸ ਹਾਲ ਲੈ ਕੇ ਭਾਈ ਸਾਹਿਬ ਸਵਾਲ ਪੁੱਛਣ ਦੋਗੇ ਕੋਈ ਜਵਾਬ ਦੋਗੇ ਨਾ? ਕਮਾਲ ਹੋ ਗਈ ਹੈ। ਮੈਨੂੰ ਇਹ ਦੱਸੋ, ਅੱਛਾ ਅੱਛਾ ਚੁੱਪ, ਮੈਨੂੰ ਇਹ ਦੱਸੋ ਭਾਈ ਬੀਮਾ ਏਜੰਟ ਬਣਾਉਣ ਤੋਂ ਪਹਿਲਾਂ ਤੁਸੀਂ ਸੜਕਾਂ ਦੇ ਮਜਬੇ ਤਾਂ ਨਹੀਂ ਸੀ ਲਾਉਂਦੇ? ਪਾਪੀ ਪੇਟ ਲਈ ਬਹੁਤ ਸਾਰੇ ਪਾਪੜ ਵੇਲਣੇ ਪੈਂਦੇ ਆ। ਇਸ ਘਰ ਦੇ ਜਿੰਨੇ ਵੀ ਪਾਪੜ ਆ ਨਾ ਉਹ ਸਭ ਮੈਂ ਵੇਲੇ ਹੋਏ ਆ, ਤੁਹਾਡੀ ਲੋੜ ਨਹੀਂ ਹੈ। ਤੁਸੀਂ ਇੱਥੋਂ ਜਾਓ, ਹੈ ਤੁਸੀਂ ਹੁਣ ਇੱਥੋਂ ਜਾਓ ਇਸ ਤੋਂ ਪਹਿਲਾਂ ਕਿ ਕੁਝ ਉਪੱਦਰ ਹੋ ਜੇ। ਨਹੀਂ ਮਤਲਬ ਮੈਂ ਹੁਣ ਜਾਵਾਂ? ਉਹ ਜਾਓ ਜੀ, ਤੁਹਾਡੀ ਲੋੜ ਨਹੀਂ ਹੈ। ਜਾਓ ਉਹ ਭਾੜੀਆ ਉਹ ਸਮਝ ਕੇ ਆਇਆ ਯਾਰ, ਬਾਹਰ ਜਾਓ ਜਾ ਕੇ ਜਾਓ, ਤੁਸੀਂ ਬਾਹਰ ਕਰੋ ਲੋੜ ਨਹੀਂ, ਬਾਹਰ ਜਾਓ ਜਾ ਜਾਓ ਯਾਰ। ਆ ਜਾਂਦੇ ਨੇ ਇੱਥੇ, ਕਮਾਲ ਹੋ ਗਈ ਆ। ਉਹ ਜਿਸ ਸਾਲੇ ਨੂੰ ਕੋਈ ਕੰਮ ਨਹੀਂ ਨਾ ਹੁੰਦਾ ਉਹ ਮੇਰੇ ਘਰੇ ਆਵਾ। ਭਾਈ ਸਾਹਿਬ ਭਾਈ ਸਾਹਿਬ ਭਾਈ ਸਾਹਿਬ ਭਾਈ ਸਾਹਿਬ ਤੁਸੀਂ ਮੈਨੂੰ ਸਾਲਾ ਕਿਹਾ ਵੀ ਹੈ? ਫਿਰ ਤਾਂ ਆਪਣਾ ਹੀ ਘਰ ਆ, ਮੈਂ ਤੁਹਾਡੇ ਬੱਚਿਆਂ ਦਾ ਮਾਮਾ। ਮੈਂ ਤਾਂ ਸਾਹਿਬ ਤੁਸੀਂ ਰੁਕੋ, ਹੁਣ ਰੁਕੋ, ਆਹ ਰੁਕ ਗਿਆ ਭੈਣ ਜੀ, ਤੁਸੀਂ ਚਲੋ ਬਾਹਰ ਚਲੋ। ਮੇਰਾ ਦਿਮਾਗ ਬਹੁਤ ਖਰਾਬ, ਤੁਸੀਂ ਗੁੱਸੇ ਚੋ ਆ, ਮੈਂ ਬਾਅਦ ਚ ਆਉਣਾ। ਮੈਂ ਕਹਿੰਦਾ ਮੈਂ ਅੱਜ ਗੁੱਸੇ ਚ ਰਹਿਣਾ, ਬਾਅਦ ਚ ਵੀ ਨੀ ਆਵੀ। ਕਦੇ ਕਦੇ ਦਾ ਜੀ ਕਰਦਾ ਸਾਰੇ ਸਾਰਿਆਂ ਨੂੰ ਨਾ ਲਾਈਨ ਚ ਲਾ ਕੇ ਗੋਲੀ ਮਾਰ ਦਿਆ। ਮੇਰੇ ਕਿਸਮਤ ਹੁਣ ਉਹ ਕੀ ਲਈ ਹੋਈ ਹੈ?
ਫਿਰ ਇੰਜ ਆਖੋ ਨਾ, ਤੂੰ ਵੀ ਸੁਣੇ ਤਾ ਨਾ। ਆ ਜਿਹੜੇ ਦੋ ਕਮਰੇ ਹੋਣਗੇ ਨਾ, ਇੱਕ ਚ ਰਹਿਣਗੀਆਂ ਬਲੈਤੀ ਮੁਰਗੀਆਂ, ਇੱਕ ਚ ਰਹਿਣਗੀਆਂ ਦੇਸੀ ਮੁਰਗੀਆਂ। ਨਾਲੇ ਕੌਂਤਰੀਆਂ ਇਕੱਠੀਆਂ ਨੀ ਰਹਿ ਸਕਦੀਆਂ। ਇਕੱਠੀਆਂ ਇੱਕ ਮੁਹੱਲੇ ਚ ਦੋ ਜਨਾਨੀਆਂ ਨੀ ਰਹਿ ਸਕਦੀਆਂ, ਤਾਂ ਫਿਰ ਵੀ ਮੁਰਗੀਆਂ ਹੈ? ਫਿਰ ਵੀ ਚੁੱਕਣਾ ਮੈਨੂੰ ਗੱਲ ਸੁਣ ਕੇ। ਆ ਜਿਹੜੀਆਂ ਬਲੈਤੀ ਮੁਰਗੀਆਂ ਹੋਣਗੀਆਂ ਨਾ, ਇਹ ਹੋਣਗੀਆਂ ਆਂਡੇ ਦੇਣ ਲਈ। ਆ ਜਿਹੜੀਆਂ ਦੇਸੀ ਮੁਰਗੀਆਂ ਹੋਣਗੀਆਂ, ਇਹ ਹੋਣਗੀਆਂ ਬੱਚੇ ਜੰਮਣ ਲਈ। ਕਮਰਿਆਂ ਦੇ ਵਿੱਚ ਨਾ ਹੋਊਗਾ ਇੱਕ ਬੂਹਾ। ਮੈਨੂੰ ਯਾਦ ਆਇਆ, ਤੂੰ ਖੁੱਡੇ ਦਾ ਬੂਹਾ ਬੰਦ ਕਰਤਾ ਸੀ। ਮੁਰਗੀਆਂ, ਚੂਚੇ, ਆਂਡੇ, ਬੂਹਾ, ਬਿੱਲੀ, ਸਾਰੀ ਮੁਰਗੀਆਂ ਬਿੱਲੀ ਖਾ ਗਈ ਆ। ਇੱਕ ਵੀ ਮੇਰਾ ਕੰਮ ਨੀ ਇਸ ਘਰ ਚ ਕੋਈ ਕਰ ਸਕਦਾ। ਉਹ ਜਦੋਂ ਮੇਰੀਆਂ ਮੁਰਗੀਆਂ ਹੀ ਨੀ ਰਹੀਆਂ, ਮੈਂ ਜੀ ਕੇ ਕੀ ਕਰਨਾ? ਮੈਂ ਪਤਾ ਚੱਲਿਆ ਇਹਨੂੰ ਮੇਰੀ ਜੈਕਟ ਲਿਆ ਕੇ ਦੇ, ਮੈਂ ਅੱਜ ਮਰ ਜਾਣਾ। ਪਲੈਨਿੰਗ ਦੁਸ਼ਮਣਾਂ ਦੀ ਨੀ ਫੇਲ ਹੋਈ, ਮੇਰੀ ਫੇਲ ਹੋਈ ਆ। ਤੂੰ ਜੈਕਟ ਲਿਆ, ਮੈਂ ਅੱਜ ਮਰ ਜਾਣਾ। ਆਪਣੇ ਬੱਚਿਆਂ ਦੇ ਭਵਿੱਖ ਲਈ ਬੀਮਾ ਕਰਾ ਲਓ। ਇਹ ਕੌਣ ਹੈ? ਇਹੀ ਹੈ ਤੇਰਾ ਬਦੋ ਬਦੀ ਦਾ ਬਣਿਆ ਭਰਾ, ਬੀਮਾ ਏਜੰਟ। ਅੱਛਾ, ਇਹੋ ਹੀ ਹੈ ਸਾਡੇ ਘਰ ਅੱਗ ਲਾਉਣ ਵਾਲਾ। ਸਾਨੂੰ ਸਲਾਹ ਦੇਣ ਵਾਲੇ ਹੈ ਤੇ ਮਰ ਜਾਓ, ਪਲੈਨਿੰਗ ਫੇਲ ਹੋ ਗਈ ਆ। ਉਹ ਇੱਥੇ ਸਰਕਾਰਾਂ ਦੀਆਂ ਵੱਡੀਆਂ ਵੱਡੀਆਂ ਪਲੈਨਿੰਗਾਂ ਫੇਲ ਹੋ ਜਾਂਦੀਆਂ, ਉਹਨਾਂ ਨੂੰ ਕੋਈ ਨੀ ਕਹਿੰਦਾ ਜਾ ਕੇ ਮਰ ਜਾਓ। ਹੈ ਬਈ, ਆਪਾਂ ਮਰਨਾ ਮੁੰਡਾ ਨਹੀਂ ਹੈ। ਆ ਦੇਖ, ਉਹ ਫਿਰ ਕੀ ਹੋ ਗਿਆ ਜੀ, ਸਾਡੀ ਇੱਕ ਪਲੈਨਿੰਗ ਫੇਲ ਹੋ ਗਈ, ਆਪਾਂ ਕਰਾਂਗੇ ਦੂਜੀ ਪਲੈਨਿੰਗ।